ਅੰਮ੍ਰਿਤਸਰ ਵਿੱਚ 3 ਕਿਲੋ ਹੈਰਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀਆਂ ਦਾ ਅਦਾਲਤ ਤੋਂ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਇਸ ਹੈਰਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਬਰਾਮਦ ਕੀਤੀ ਗਈ ਇਸ ਹੈਰਨ ਸੰਬੰਧੀ ਟੀਮ ਦੇ ਇੰਚਾਰਜ ਯੂਐਸ ਨਾਗਰਾ ਨੇ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ 2 ਮੋਟਰਸਾਈਕਲਾਂ 'ਤੇ ਸਵਾਰ 2 ਵਿਅਕਤੀਆਂ ਨੂੰ ਰੋਕਿਆ ਸੀ। ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹ ਹੈਰਨ ਬਰਾਮਦ ਹੋਈ। हमें एक सीक्रेट इन्फॉर्मेशन मिली थी रिगार्डिंग स्मगलिंग ऑफ हेरोइन, तो उसी इन्फॉर्मेशन के तहत में काउंटर इंटेलिजेंस की टीम ने दो स्मगलर जगदीर सिंह और जोधवीर सिंह जोधा दोनों को पुल तारावाले के पास पकड़ा। उनके पास से 2 मोटरसाइकिल और 3 किलो हेरोइन बरामद हुई है। प्रिलिमिनरी इंटरोगेशन में पता लगा है कि इन तीनों के लिंक पाकिस्तानी स्मगलर इम्तियाज अली के साथ थे और इन्होंने खेमकन सेक्टर से ये कंसाइनमेंट उठाई थी। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।